4 ਮੋਬਾਈਲ, 1 ਗੱਡੀ ਅਤੇ ਇਸ ਦੇ ਨਾਲ ਹੀ ਮੋਟਰਸਾਈਕਲ ਅਤੇ 8,50,000 ਦੇ ਕਰੀਬ ਜੋ ਹੈ ਡਰੱਗ ਮਨੀ ਸਣੇ 5 ਨਸ਼ਾ ਤਸਕਰ ਜੋ ਨੇ ਉਹਨਾਂ ਦੀ ਗ੍ਰਿਫਤਾਰੀ ਉਸਦੇ ਮੁਤਲਕ ਕੀਤੀ ਜਾ ਰਹੀ ਹੈ। ਸਾਡਾ ਇਹ ਓਪਰੇਸ਼ਨ ਜਿਹੜਾ ਹੈ ਇੱਕ ਸਾਡਾ ਸੀਕ੍ਰੇਟ ਜਿਹੜਾ ਹੈ ਇਨਫੋਰਮੇਸ਼ਨ ਦੇ ਆਧਾਰ 'ਤੇ ਹੋਇਆ। ਗੁਪਤ ਸੂਚਨਾ ਦੇ ਆਧਾਰ 'ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸਦੇ ਤਹਿਤ ਜਿਹੜਾ ਹੈ ਸੁਖਚੈਨ ਸਿੰਘ ਪੁੱਤਰ ਰਤਨ ਸਿੰਘ ਇਹ ਪਿੰਡ ਦਾਉਕੇ ਦਾ ਵਸਨੀਕ ਹੈ। ਇਸ ਦੇ ਖਿਲਾਫ ਪਹਿਲਾਂ ਵੀ 2 ਪਰਚੇ ਦਰਜ ਨੇ। ਇੱਕ ਪਰਚਾ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨ ਤਾਰਨ ਉੱਥੇ ਦਰਜ ਹੈ। ਇਸ ਤੋਂ ਇਲਾਵਾ ਇੱਕ ਪਰਚਾ NCB ਵੱਲੋਂ ਵੀ ਇਸ 'ਤੇ ਦਰਜ ਹੈ। ਇਹ ਆਪਣੇ ਸਾਥੀ ਸੁਖਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਅਤੇ ਨਵਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਜੋ ਕਿ ਇਹਦੇ ਨਾਲ ਪਿੰਡ ਦਾਉਕੇ ਦੇ ਵਸਨੀਕ ਨੇ ਉਹਨਾਂ ਦੇ ਨਾਲ ਅਤੇ ਆਪਣੇ 2 ਹੋਰ ਸਾਥੀ ਰਾਹੁਲ ਔਰ ਫਰਿੰਕੂ ਅਤੇ ਸੁਖਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਦੋਨੋਂ ਫਿਰੋਜ਼ਪੁਰ ਦੇ ਵਸਨੀਕ ਨੇ। ਇਹਨਾਂ ਦੇ ਨਾਲ ਜੋ ਹੈ ਇਹ ਸਮਗਲਿੰਗ ਦਾ ਇਹ ਕੰਮ ਕਰਦਾ ਸੀ। ਸੁਖਚੈਨ ਸਿੰਘ ਜਿਹੜਾ ਹੈ ਮੇਨ ਕਿੰਗ ਪਿੰਨ ਹੈ। ਇਹ ਪਾਕਿਸਤਾਨ ਦੇ ਸਮਗਲਰਾਂ ਦੇ ਨਾਲ ਸੰਬੰਧ ਰੱਖਦਾ ਹੈ ਅਤੇ ਪਹਿਲਾਂ ਵੀ ਜਿਵੇਂ ਦੱਸਿਆ ਗਿਆ ਕਿ ਇਸਦੇ ਖਿਲਾਫ 2 ਪਰਚੇ ਪਹਿਲਾਂ ਵੀ ਦਰਜ ਹੋਏ ਨੇ। ਇਸੇ ਤਰੀਕੇ ਨਾਲ ਜਿਹੜਾ ਹੈ ਰਾਹੁਲ ਜੋ ਕਿ ਫਿਰੋਜ਼ਪੁਰ ਉੱਥੇ ਦਾ ਵਸਨੀਕ ਹੈ ਥਾਣਾ ਕੈਂਟ ਫਿਰੋਜ਼ਪੁਰ 'ਚ ਇਹਦੇ ਖਿਲਾਫ ਇੱਕ NDPS ਦਾ ਪਰਚਾ ਹੈ। ਇਸੇ ਤਰੀਕੇ ਨਾਲ ਸੁਖਬੀਰ ਦੇ ਖਿਲਾਫ ਜੋ ਹੈ ਇਹ 302 ਦਾ ਮੁਕੱਦਮਾ ਥਾਣਾ ਕੁਲਗੜੀ 'ਚ ਇਹ ਰਜਿਸਟਰ ਹੋਇਆ। ਸੋ ਜੀ ਸੋ ਇਹ ਸਾਡੀ ਇੱਕ ਸੀਕ੍ਰੇਟ ਇਨਫੋਰਮੇਸ਼ਨ ਸੀ ਜਿਸਦੇ ਆਧਾਰ 'ਤੇ ਜਿਹੜੀ ਹੈ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹ ਗ੍ਰਿਫਤਾਰੀ ਜੋ ਹੈ ਖਾਲਸਾ ਚੌਂਕ ਤੋਂ ਜਦੋਂ ਅਸੀਂ ਰਾਮ ਤੀਰਥ ਰੋਡ ਵੱਲ ਨੂੰ ਮੁੜਦੇ ਹਾਂ ਖਰਮਨੀਆ ਪਿੰਡ ਜਿਹੜਾ ਮੋੜ ਆਉਂਦਾ ਉੱਥੋਂ ਕੀਤੀ ਗਈ ਹੈ। ਇਹ 5 ਦੇ 5 ਜੋ ਨਸ਼ਾ ਤਸਕਰ ਨੇ ਇਹ ਫ੍ਰੀਕੁਐਂਟਲੀ ਜਿਹੜੇ ਹੈ ਇਸ ਏਰੀਆ ਦੇ ਵਿੱਚ ਆਪਣਾ ਇੱਕ ਨੈਟਵਰਕ ਜਿਹੜਾ ਹੈ ਉਹ ਬਣਾ ਰਹੇ ਸੀ। ਪਿੱਛੇ ਜੇ 1-2 ਵਾਰੀ ਸਾਡੇ ਵੱਲੋਂ ਜੋ ਹੈ ਇਹਨਾਂ 'ਤੇ ਬੜੀ ਬਰੀਕੀ ਦੇ ਨਾਲ ਨਜ਼ਰ ਵੀ ਰੱਖੀ ਗਈ ਸੀ। ਇਹ ਕਈ ਵਾਰ ਬਚ ਕੇ ਵੀ ਨਿਕਲੇ ਨੇ। ਇਸ ਵਾਰ ਇਹ ਕਾਬੂ ਆਏ ਨੇ ਅਤੇ ਜੋ ਇਹ ਸਾਡੇ ਵੱਲੋਂ ਇਹ ਰਿਕਵਰੀ ਹੋਈ ਹੈ ਜਿਵੇਂ 160 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਬਰਾਮਦਗੀ, 8.5 ਲੱਖ ਦੇ ਕਰੀਬਨ ਜਿਹੜੀ ਹੈ ਡਰੱਗ ਮਨੀ, 1 ਕੰਡਾ, 2 ਜਿਹੜੇ 34 ਦੀਆਂ ਪਿਸਟਲਸ ਨੇ, ਇਸ ਤੋਂ ਇਲਾਵਾ 4 ਮੋਬਾਈਲ ਫੋਨ, 1 ਗੱਡੀ, 1 ਮੋਟਰਸਾਈਕਲ ਅਤੇ ਇਹ ਸਾਰੀ ਜਿਹੜੀ ਹੈਗੀ ਹੈ ਰਿਕਵਰੀ ਜਿਹੜੀ ਹੈ ਇਹ ਕੀਤੀ ਗਈ ਹੈ ਅਤੇ ਇਹ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਅਤੇ ਅਸੀਂ ਹੋਪਫੁਲ ਹਾਂ ਕਿ ਅੱਗੇ ਵੀ ਜਿਹੜੇ ਹੈਗੇ ਕੋਈ ਨਾ ਕੋਈ ਫਾਰਵਰਡ ਅਤੇ ਬੈਕਵਰਡ ਲਿੰਕੇਜ ਜਿਹੜੇ ਹੈਗੇ ਇਹਨਾਂ ਦੇ ਨਾਲ ਸੰਬੰਧਿਤ ਉਹ ਮਿਲ ਜਾਣ। ਕਈ ਵਾਰ ਇਹ ਬੇਲ ਆਊਟ ਹੋ ਜਾਂਦੇ ਆ, ਕਈ ਵਾਰ ਭਗੌੜੇ ਹੋ ਜਾਂਦੇ ਆ ਤੇ ਉਹ ਜਿਹੜੀ ਐਕਟੀਵਿਟੀ ਹੈਗੀ ਉਹ ਫਿਰ ਉਹ ਲੀਗਲ ਜੋ ਜਿਹੜੀ ਇਹਨਾਂ ਦੀ ਗਤੀਵਿਧੀਆਂ ਨੇ ਉਸ ਤੋਂ ਬਾਹਰ ਹੋ ਜਾਂਦੇ ਨੇ। ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਥਾਣਿਆਂ ਵੱਲੋਂ ਇਹਨਾਂ ਨੂੰ ਬੁਲਾ ਕੇ ਜਾਂ ਇਸ ਤਰੀਕੇ ਦੇ ਨਾਲ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਬਟ ਕਈ ਵਾਰ ਜਦੋਂ ਇਹ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਉਹ ਭਗੌੜੇ ਹੋ ਜਾਣ, ਬੇਲ ਆਊਟ ਹੋ ਜਾਣ ਤਾਂ ਉਹ ਇਸ ਗਤੀਵਿਧੀ ਤੋਂ ਬਚ ਜਾਂਦੇ। ਬੇਸਿਕਲੀ ਸਾਡੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ
ਇਹ ਕਿਉਂਕਿ ਪੰਜੇ ਮੌਕੇ ਤੋਂ ਜਿਹੜੇ ਹੈਗੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬਾਰਡਰ ਬੈਲਟ ਹੈ, ਨਸ਼ੇ ਦੀ ਸਮਗਲਿੰਗ ਹੋ ਰਹੀ ਹੈ। ਸੁਖਚੈਨ ਜੋ ਹੈ ਇੰਟੈਕ ਸੀਗਾ ਪਾਕਿਸਤਾਨੀ ਸਮਗਲਰਸ ਦੇ ਨਾਲ, ਇਹ ਸਾਰੀ ਖੇਪ ਮੰਗਵਾਉਂਦੇ ਹੈ, ਫਿਰ ਅੱਗੇ ਫੋਰਵਰਡ ਇਹ ਅੱਗੇ ਇਹਨਾਂ ਨੇ ਆਪਣਾ ਜੋ ਵੀ ਇੱਕ ਨੈਟਵਰਕ ਬਣਾਇਆ ਹੋਇਆ ਉਸ ਤਰੀਕੇ ਦੇ ਨਾਲ ਇਹ ਅੱਗੇ ਡਿਸਟ੍ਰੀਬਿਊਟ ਕਰਦੇ। ਕੰਡਾ ਵੀ ਬਰਾਮਦ ਹੋਇਆ ਜੀ ਜੀ, ਕਿਉਂਕਿ ਵੇਚਦੇ ਹੋਣਗੇ ਨਾ। ਬਿਲਕੁਲ ਜੀ ਬਿਲਕੁਲ, ਕੋਈ ਨਾ ਕੋਈ ਹੈਵੀ ਜੋ ਹੈਗੀ ਆ ਅਮਾਊਂਟ 'ਚ ਇਹ ਰਿਕਵਰੀ ਜਿਹੜੀ ਡਰੱਗ ਹੈ ਉਹ ਮੰਗਵਾਉਂਦੇ, ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਛੋਟੀ ਛੋਟੀ ਖੇਪਾਂ ਬਣਾ ਕੇ ਅੱਗੇ ਵੇਚਦੇ। ਸਾਢੇ 8 ਲੱਖ ਰੁਪਈਆ ਸਰ ਬਰਾਮਦ ਹੋਇਆ, ਜਿਹੜੀ ਕੁਆਂਟਿਟੀ ਰਿਕਵਰ ਹੋਈ ਹੈ 160 ਗ੍ਰਾਮ ਹੋਈ ਆ। ਡਰੱਗ ਮਨੀ ਜਿਹੜੀ ਹੈਗੀ ਹੈ ਵੇਚ ਕੇ ਕਿਸ ਤਰੀਕੇ ਨਾਲ ਇਹ ਪ੍ਰਾਪਤ ਕੀਤੀ ਗਈ ਹੈ, ਉਸ ਤੋਂ ਇਲਾਵਾ ਅੱਗੇ 160 ਗ੍ਰਾਮ ਇਹ ਕਿਵੇਂ ਵੇਚਣੀ ਸੀ ਉਹ ਸਾਰੀ ਤਫਤੀਸ਼ ਚੱਲ ਰਹੀ ਹੈ। ਦੇਖੋ ਜੀ, ਜਿਹੜਾ ਤੁਸੀਂ ਗੈਂਗਸਟਰ ਦੀ ਗੱਲ ਕਰੇ ਅਜੇ ਤੱਕ ਉਹ ਵਾਲਾ ਜਿਹੜਾ ਪਾਰਟ ਹੈਗਾ ਉਹ ਕਲੀਅਰ ਨਹੀਂ ਹੋ ਰਿਹਾ, ਬਟ ਕਿਉਂਕਿ ਸੁਖਚੈਨ ਦੀ ਜਿਹੜੀ ਹੈਗੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਹੈ ਤੇ ਇਹਦੀ ਜੋ ਹੈ NCB ਵੱਲੋਂ ਵੀ ਜਿਹੜੀ ਹੈ ਇੱਕ ਵਾਰੀ ਗ੍ਰਿਫਤਾਰੀ ਹੋਈ ਹੈ। ਸਰ ਜਿਹੜੇ ਪਿਸਟਲ ਬਰਾਮਦ ਕੀਤੇ ਗਏ 2-3 ਬੋਲਦੇ ਉਹ ਵਿਦੇਸ਼ੀ ਵਰਕਰ ਕੇ ਲੋਕ ਨੇ? ਹੈ ਤਾਂ ਵਿਦੇਸ਼ੀ ਹੈ ਜੀ, ਉਹ ਵਿਦੇਸ਼ੀ ਵਰਕਰ। NCB ਦਾ ਜਿਹੜੀ FIR ਹੁੰਦੀ ਹੈ, NCB ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਤੁਸੀਂ ਛੋਟੀ 160 ਗ੍ਰਾਮ ਨੂੰ ਬਰਾਮਦ ਕਰ ਲਈ, NCB ਦੇ ਕੇਸ ਜਿਹੜੇ ਹੁੰਦੇ ਆ ਉਹ ਕ੍ਰਿਟੀਕਲ ਕੇਸਾਂ ਨੂੰ ਵੀ ਹੱਥ ਪਾਉਂਦੇ ਆ। ਦੈਟ ਮੀਨਸ ਕਿ ਸੁਖਚੈਨ ਜਿਹੜਾ ਸੀ ਵੱਡੇ ਲੈਵਲ ਤੇ ਕੰਮ ਕਰ ਰਿਹਾ ਸੀ। ਬਿਲਕੁਲ ਜੀ, ਮੈਂ ਇਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਿਹੜਾ ਸੁਖਚੈਨ ਹੈ ਇਹ ਕਿੰਗਪਿਨ ਹੈ ਤੇ ਵੱਡੇ ਲੈਵਲ ਤੇ ਜੋ ਹੈ ਸਮਗਲਿੰਗ ਦਾ ਕੰਮ ਕਰਦਾ ਤੇ ਇਸੇ ਦੇ ਤਹਿਤ ਹੀ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਇਹ ਸਾਰਾ ਜਿਹੜਾ ਆਪਰੇਸ਼ਨ ਜਿਹੜਾ ਹੈਗਾ ਇਹ ਕਾਮਯਾਬ ਹੋਇਆ ਤੇ ਅਸੀਂ ਇਹਨਾਂ ਨੂੰ ਫੜਨ ਚ ਕਾਮਯਾਬ ਹੋਏ। ਸਰ ਵੀ ਵੱਡੀ ਮੰਗ ਕੀਤੀ ਹੈ 8 ਲੱਖ 50 ਹਜ਼ਾਰ ਫੜੀ ਹੈ ਮੌਕੇ ਤੇ ਜਿਹੜੀ ਡਰੱਗ ਮਨੀ। ਜੀ ਜੀ, ਹੈਰੋਇਨ ਦੀ ਮਾਤਰਾ ਕਾਫੀ ਘੱਟ ਹੈ, ਕਿਤੇ ਲੱਗਦਾ ਕਿ ਛੁਪਾਈ ਹੋਵੇ ਹੈਰੋਇਨ ਜੀ? ਉਹ ਸਾਰੀ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਸਾਨੂੰ, ਅਸੀਂ ਅੱਜ ਰਿਮਾਂਡ ਵੀ ਲਿਆ ਇਹਨਾਂ ਦਾ ਦੋਸ਼ੀਆਂ ਦਾ ਤੇ ਸਾਨੂੰ 7 ਦਿਨ ਦਾ ਰਿਮਾਂਡ ਵੀ ਮਿਲਿਆ। ਅਸੀਂ ਪੁਰਜ਼ੋਰ ਜਿਹੜਾ ਹੈਗਾ ਆਰਗੂਮੈਂਟਸ ਦੇ ਨਾਲ, ਕਿਉਂਕਿ ਇਹ ਵੱਡੇ ਸਮਗਲਰ ਜਿਵੇਂ ਸੁਖਚੈਨ ਦੇ ਖਿਲਾਫ ਪਰਚਿਆਂ ਦੇ ਦਰਜ ਹੋਣਾ ਤੇ ਡਰੱਗ ਮਨੀ ਦਾ ਜਿਹੜਾ ਹੈ ਉਹ ਰਿਕਵਰੀ ਹੋਣਾ, ਇਹ ਸਾਰੀਆਂ ਚੀਜ਼ਾਂ ਅਸੀਂ ਦੱਸੀਆਂ ਨੇ ਤੇ ਅੱਗੇ ਫਰਦਰ ਇਹ ਕਿਸ ਤਰੀਕੇ ਨਾਲ ਇਹ ਨੈਟਵਰਕ ਜਿਹੜਾ ਆਪਣਾ ਚਲਾਉਂਦੇ ਸੀ ਉਹਦੇ ਬਾਰੇ ਸਾਰੀ ਇੰਟਰੋਗੇਸ਼ਨ ਕਰ ਰਹੇ, ਇਸ ਕਰਕੇ ਅਸੀਂ ਜਿਹੜਾ ਹੈ ਇਹ ਰਿਮਾਂਡ ਜਿਹੜਾ ਹੈ ਸਾਨੂੰ ਇਹ ਰਿਕਾਰਡ। ਸਰ ਅਜੇ ਤੁਸੀਂ ਜਿਹੜੇ ਪਰਚੇ ਦੱਸੇ ਨੇ ਅਜੇ 2 ਹੀ ਦੱਸੇ ਨੇ, ਅਜੇ ਪੂਰੇ ਪੰਜਾਬ ਦੇ ਵਿੱਚ ਜਿਹੜੇ NCB ਦੇ ਨਾਲ ਟਾਈ ਅਪ ਕਰ ਲਿਆ, ਅਜੇ ਹੋਰ ਵੀ ਰਿਕਾਰਡ? ਜੀ ਬਿਲਕੁਲ ਜੀ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਅਸੀਂ ਜਿਹੜਾ ਹੈ NCB ਦਾ ਜਿਹੜਾ ਇਹ FIR ਇਹ ਡਿਟੇਲਸ ਲੈ ਰਹੇ ਹਾਂ ਕਿ ਇਹਦੇ ਵਿੱਚ ਅਸਲ ਦੇ ਵਿੱਚ ਜੋ ਹੈ ਕਿੰਨੇ ਦੋਸ਼ੀ ਸੀ, ਇਹਦੇ ਨਾਲ ਹੋਰ ਕਿੰਨੇ ਵਿਅਕਤੀ ਸਨ, ਇਸੇ ਤਰੀਕੇ ਨਾਲ ਜਿਹੜੇ ਹੋਰ ਜਿਹੜੇ ਇਹਦੇ ਕੇਸਿਸ ਨੇ ਅਸੀਂ ਉਹਨਾਂ ਨੂੰ ਵੀ ਕਢਵਾ ਰਹੇ ਹਾਂ। ਸਰ ਰਿਮਾਂਡ ਜਿਹੜਾ 5 ਰੋਟੀਆਂ ਦਾ 7 ਦਿਨ ਦਾ ਮਿਲ ਗਿਆ, ਸਿਰਫ ਸੁਖਚੈਨ ਇਹਨੇ 7 ਦਿਨ ਦਾ? ਸਰ ਜਿਹੜੇ ਪਰਸੋਂ 3 ਮੈਂਬਰ ਸਨ ਬੜੇ ਸਾਂਝ ਰਹੇ, ਉਹ ਵੀ ਪਾਕਿਸਤਾਨ ਰਿਲੇਟਡ ਸਨ ਤੇ ਉਹਨਾਂ ਨਾਲ ਲਿੰਕ ਅਜੇ ਤੱਕ ਕੋਈ ਨਹੀਂ ਆਈ, ਬਟ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਹੈ, ਅਸੀਂ ਹਰੇਕ ਪਹਿਲੂ ਤੋਂ ਜਿਹੜੀ ਹੈ ਇਹਦੀ ਜਾਂਚ ਕਰ ਰਹੇ ਹਾਂ। ਕਿੰਨਾ ਕਾਮਯਾਬੀ ਸਮਝਦੇ ਕਿਉਂਕਿ ਬਾਰਡਰ ਬੈਲਟ ਤੇ ਵੱਡਾ ਨੈਕਸਸ ਹੈ, ਉੱਥੇ ਮਤਲਬ ਇਸ ਤਰ੍ਹਾਂ ਦੇ ਰਿਕਵਰੀ ਹੋਣਾ, ਪੈਸੇ ਵੀ ਹੋਣਾ, ਹੈਰੋਇਨ ਹੋਣਾ, ਕਿੰਨਾ ਕੁ? ਦੇਖੋ ਜੀ, ਇਹ ਇਸ ਕਾਮਯਾਬੀ ਤੋਂ ਇੱਕ ਗੱਲ ਸਪਸ਼ਟ ਹੈ ਕਿ ਇਹ ਜਿਹੜੀ ਚੀਜ਼ ਹੈਗੀ ਹੈ
ਬੜੇ ਮਤਲਬ ਅਜੇ ਵੀ ਚੱਲ ਰਹੀ ਹੈ ਅਤੇ ਇਹ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਦੇ ਵਿੱਚ ਅਸੀਂ ਜਿੰਨਾ ਕੁ ਵੀ ਅਸੀਂ ਕਾਮਯਾਬ ਹੋਏ ਹਾਂ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਨੈਕਸਸ ਹੈ ਇਹ ਤੋੜੀਏ। ਬਿਲਕੁਲ ਜੀ, ਜਦੋਂ ਵੀ ਤੁਸੀਂ ਇਸ ਤਰੀਕੇ ਦਾ ਓਪਰੇਸ਼ਨ ਕਰਦੇ ਹੋ ਅਤੇ ਨਸ਼ਾ ਤਸਕਰ ਫੜੇ ਜਾਂਦੇ ਆ ਅਤੇ ਇੰਪੈਕਟ ਬਿਲਕੁਲ ਇਹਨਾਂ ਨੂੰ ਹਿੱਟ ਕਰਦਾ ਜੀ, ਇਹਨਾਂ ਦੀ ਫਾਈਨੈਂਸ਼ੀਅਲ ਇਹਨਾਂ ਦੀ ਜੋ ਵਰਕਿੰਗ ਹੈ ਉਸ 'ਤੇ ਜ਼ਰੂਰ ਹਿੱਟ ਕਰਦਾ। ਡਰੋਨ ਆਉਂਦੀ ਹੈ ਹਰ ਬੰਦੇ ਹਰ ਐਫ ਆਈ ਆਰ ਦੇ ਵਿੱਚ ਦੇਖਿਆ ਨਾ ਪਾਕਿਸਤਾਨ ਨਾਲ ਲਿੰਕ ਹੁੰਦੇ ਨੇ, ਬਟ ਜਿਵੇਂ ਜਿੰਨੀ ਇਹਦੀ ਬੈਕਗਰਾਊਂਡ ਪਤਾ ਲੱਗ ਰਹੀ ਹੈ, ਕਿਉਂਕਿ ਕੋਈ ਹੁੰਦੇ ਕਿ ਕੋਈ ਉਹਦੇ ਛੋਟੇ ਸਮਾਰਟਫੋਨ ਨਾਲ ਲਿੰਕ ਅਪ ਹੁੰਦਾ ਜੀ, ਕੋਈ ਹੁੰਦੇ ਕਿ ਪ੍ਰੋਪਰ ਉੱਥੇ ਇੱਕ ਨੈਕਸਸ ਚਲਾਉਂਦੇ ਨੇ ਜਿਹੜੇ ਬਾਹਰ ਲਿੰਕਡ ਹੁੰਦੇ ਨੇ, ਇਹਦੀ ਜਿਹੜੀ ਇਹ ਜਿਹੜਾ ਇਹ ਮੁੰਡਾ ਸੁਖਚੈਨ ਆ ਇਹਦੀ ਕਿਸ ਲੈਵਲ ਤੇ ਭੂਮਿਕਾ, ਕਿਸ ਲੈਵਲ ਤੇ ਉਹਨਾਂ ਨਾਲ ਜੁੜਿਆ ਸੀਗਾ ਕਿ ਇਕੱਲਾ ਇੱਥੇ ਨੈਟਵਰਕ ਸੀ ਜਾਂ ਜਿਹੜੇ ਬਾਰਡਰ ਤੇ ਹੋ ਜਾਏਗਾ ਉਹਦਾ ਨੈਟਵਰਕ ਸੀ ਜਾਂ ਪਾਕਿਸਤਾਨ ਜਿਹੜੇ ਕਿੰਗ ਪਿੰਗ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਸਰ? ਦੇਖੋ ਜੀ, ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਅਸੀਂ ਕੁਝ ਨਾਂ ਜਿਹੜੇ ਹੈ ਉਹਦੇ ਅਜੇ ਰਿਵੀਲ ਨਹੀਂ ਕਰ ਸਕਦੇ, ਬਟ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਵੱਡੇ ਲੈਵਲ ਤੇ ਸਮਗਲਿੰਗ ਦਾ ਇੱਕ ਪਾਰਟ ਹੈ ਅਤੇ ਇਹ ਜਿਹੜਾ ਸੁਖਚੈਨ ਹੈ ਕਿਉਂਕਿ ਇਹਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਕੇਸਿਸ ਅਤੇ ਐਨ ਸੀ ਬੀ ਵੱਲੋਂ ਵੀ ਇਹਨੂੰ ਜਿਹੜਾ ਪਰਚੇ 'ਚ ਰੱਖਿਆ ਗਿਆ ਇਸ ਤੋਂ ਪਰਚਾ ਹੋਇਆ, ਉਹ ਚੀਜ਼ ਇਹ ਦਿਖਾਉਂਦੀ ਹੈ ਕਿ ਇੱਕ ਇਹਦੀ ਜਿਹੜੀ ਮੂਵਮੈਂਟ ਸੀ ਉਹ ਬਾਰਡਰ ਬੈਲਟ ਦੇ ਵਿੱਚ ਕਾਫੀ ਚਿਰ ਤੋਂ ਸਰ। ਕੋਈ ਮੋਬਾਈਲ ਜਿਹੜੇ ਚਾਰ ਬਣਾਉਣਗੇ ਉਹ ਤੋਂ ਕੋਈ ਲੇਟਸ? ਬਿਲਕੁਲ ਜੀ, ਉਸ ਉਹਨਾਂ ਤੋਂ ਅਸੀਂ ਪੂਰਾ ਜਿਹੜਾ ਉਹਨਾਂ ਦਾ ਜਿਹੜਾ ਹੈ ਐਨਾਲਿਸਿਸ ਕਰਕੇ ਅਤੇ ਉਹਨਾਂ ਤੋਂ ਜੋ ਵੀ ਜਾਣਕਾਰੀ ਮਿਲਦੀ ਹੈ ਉਸ 'ਤੇ ਫਿਰ ਦੱਸ ਰਿਹਾ। ਸਰ ਤੁਸੀਂ ਵੈਸੇ ਵਿਜ਼ਿਟ ਕਰਕੇ ਆਏ ਡਾਕਟਰ ਪਿੰਡ? ਮੈਂ ਵਿਜ਼ਿਟ ਕੀਤਾ ਹੈ, ਬਿਲਕੁਲ ਬਾਰਡਰ 'ਤੇ ਪਿੰਡ ਹੈ ਅਤੇ ਪਿੰਡ ਦਾਉਕੇ ਜੋ ਹੈ ਉਹ ਸਮਗਲਿੰਗ ਵਾਸਤੇ ਇੱਕ ਬਦਨਾਮ ਪਿੰਡ ਹੈ, ਗਾਹੇ ਗੁਰਾਏ ਵੀ ਲੋਕ ਮਿਲਦੇ ਰਹਿੰਦੇ ਆ, ਜ਼ਰੂਰ ਉਹ ਕੋਈ ਨਾ ਕੋਈ ਸ਼ਿਕਾਇਤ ਵੀ ਕਰਦੇ ਰਹਿੰਦੇ ਆ। ਸਾਰੀ ਇੰਟਰੋਗੇਸ਼ਨ ਜਿਹੜੀ ਉਹ ਚੱਲ ਰਹੀ ਹੈ, ਇਨਵੈਸਟੀਗੇਸ਼ਨ 'ਚ ਜਿਵੇਂ ਜਿਵੇਂ ਜੋ ਜੋ ਕਲੀਅਰ ਹੋਏਗਾ ਤੁਹਾਡੇ ਨਾਲ ਸੰਪਰਕ। ਠੀਕ ਹੈ, ਸਾਈਡ ਦੇ ਨਾਲ ਰਿਮਾਂਡ ਵੀ ਸਮੇਂ ਦਿਓ ਕਿ ਅਦਾਲਤਾਂ ਦੇ ਕਾਫੀ ਸੀ ਕੇਸ ਨਜ਼ਰ ਆ ਰਹੀ, ਬਹੁਤ ਵੱਡਾ ਰਿਮਾਂਡ ਹੁੰਦਾ ਸਭ ਦੇ ਨਾਲ। ਦੇਖੋ ਜੀ, ਗੱਲ ਇਹ ਹੈ ਕਿ ਪਹਿਲੇ 2-3 ਦਿਨ ਦਾ ਰਿਮਾਂਡ ਯੂਜੁਅਲੀ ਦੇਖਦੇ। ਦੇਖੋ, ਗੱਲ ਇਸ ਤਰੀਕੇ ਦੀ ਹੈ, ਇੱਕ ਤਾਂ ਨਵੇਂ ਜੋ BNS ਅਤੇ BNSS ਕਾਨੂੰਨ ਜਿਹੜੇ ਹੈ ਉਹਨਾਂ ਦੇ ਵਿੱਚ ਜਿਹੜਾ ਹੈ ਔਰਗਨਾਈਜ਼ਡ ਕ੍ਰਾਈਮ ਜਿਹੜਾ ਹੈ ਉਹਦੇ ਵਿੱਚ ਸਾਨੂੰ ਕਾਫੀ ਹੱਦ ਤੱਕ ਜਿਹੜੀ ਹੈ ਪਾਵਰਸ ਮਿਲੀਆਂ ਨੇ। ਸੈਕਿੰਡਲੀ ਜਿਹੜੀ ਇਹ ਜਿਹੜੀ ਤੁਸੀਂ ਰਿਮਾਂਡ ਦੀ ਗੱਲ ਕੀਤੀ ਹੈ, ਸਾਡੇ ਵੱਲੋਂ ਬੜਾ ਫੋਰਸਫੁਲੀ ਆਰਗਿਊ ਕੀਤਾ ਗਿਆ ਕਿਉਂਕਿ ਇਹ ਇਹਨਾਂ ਦੇ ਖਿਲਾਫ ਪਰਚੇ ਵੀ ਦਰਜ ਨੇ NCB ਤੋਂ, ਅਸੀਂ ਜਦੋਂ ਦੱਸਿਆ। ਸੈਕਿੰਡਲੀ ਜਿਹੜੀ ਇਹ ਡਰੱਗ ਮਨੀ ਹੋਰ ਇਹਨਾਂ ਦੀ ਮੂਵਮੈਂਟ ਵਾਸਤੇ ਜੋ ਸਾਧਨ ਹੈ ਸਾਰਾ ਕੁਛ ਦੱਸਿਆ, ਤਾਂ ਜੱਜ ਸਾਹਿਬ ਕਨਵਿੰਸ ਹੋਏ ਨੇ ਅਤੇ ਇਹ ਜਿਹੜਾ ਰਿਮਾਂਡ ਦਿੱਤਾ ਗਿਆ। ਇਹਦੀ ਪ੍ਰੋਪਰਟੀ ਸਰ ਕਿੰਨੀ ਹੈ? ਇਹ ਸਾਰਾ ਆਈਡੈਂਟੀਫਾਈ ਕਰ 302 ਦਾ ਜਿਹੜਾ ਮੁਕੱਦਮਾ ਸੀਗਾ ਜਲਾਬ ਜੀ ਫਲੀਆ, ਇੱਕ 302 ਦਾ ਮੁਕੱਦਮਾ ਸੀ। ਇਹ ਵਿਅਕਤੀ ਜਿਹੜਾ ਹੈ ਫਿਰੋਜ਼ਪੁਰ ਦਾ ਜੀ, ਇਹ ਉੱਥੇ ਥਾਣਾ ਉਲਗੜੀ ਦੇ ਵਿੱਚ ਇਹਦੇ 302 ਦਾ ਮੁਕੱਦਮਾ ਦਰਜ ਹੈ, ਇਹਦੇ ਬਾਰੇ ਵੀ ਡਿਟੇਲ ਲਈ ਜਾ ਰਹੀ। 302 ਜੇ 2023 ਦਾ ਮੁਕੱਦਮਾ ਦਰਜ ਇੰਨੀ ਜਲਦੀ ਫੇਲ ਹੋ ਗਿਆ ਸਰ? ਇਹ ਸਾਰਾ ਜਿਹੜਾ ਹੈ ਅਸੀਂ ਜਿਹੜਾ ਰਿਕਾਰਡ ਹੈ ਚੈੱਕ ਕਰਵਾ ਰਹੇ ਹਾਂ ਕਿ ਕਿਤੇ ਭਗੌੜਾ ਤਾਂ ਨਹੀਂ, ਜੇ ਕਿਤੇ ਬੇਲ ਆਊਟ ਹੈ ਤਾਂ ਇਸਦੀ ਕੀ ਗਤੀਵਿਧੀ ਰਹੀ ਹੈ ਆਫਟਰ ਬੇਲ ਆਊਟ।